ਬਿਕੋਜ਼ ਕੋਲ ਹਾਂਜੀ ਫਰੈਂਡਸ ਅੱਜ ਆਪਾਂ ਇਸ ਵੀਡੀਓ ਚ ਕਰਾਂਗੇ ਟੈਂਸ ਜੇਕਰ ਫਰੈਂਡਸ ਜੇਕਰ ਤੁਸੀਂ ਵੀ ਬਹੁਤ ਬਹੁ ਟੈਂਸ ਦੇ ਰੂਲ ਭੁੱਲ ਜਾਂਦੇ ਹੋ ਤਾਂ ਮੈਂ ਇਸ ਨੂੰ 100% ਗਾਰੰਟੀ ਦੇਣਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਟੈਂਸ ਦੇ ਰੂਲ ਕਦੇ ਨਹੀਂ ਭੁੱਲੋਗੇ ਬਿਕੋਜ਼ ਤੁਹਾਨੂੰ ਟੈਂਸ 12 ਹੁੰਦੇ ਨੇ ਜੋ ਆਪਾਂ ਨੂੰ 12 ਦੇ 12 ਰੂਲਸ ਯਾਦ ਕਰਨ ਦੀ ਲੋੜ ਨਹੀਂ ਆਪਾਂ ਨੂੰ ਸਿਰਫ ਤਿੰਨ ਚੀਜ਼ਾਂ ਯਾਦ ਕਰਨੀਆਂ ਨੇ ਤਿੰਨ ਰੂਲ ਜੋ ਬੇਸਿਕ ਟੈਂਸ ਦੇ ਵਿੱਚ ਹੁੰਦੇ ਨੇ ਆਪਾਂ ਨੇ ਉਹ ਯਾਦ ਕਰ ਲੈਣੇ ਸੋ ਵਿਦਆਊਟ ਵੇਸਟਿੰਗ ਐਨ ਟਾਈਮ ਲੈਟ ਸਟਾਰਟ ਆਵਰ ਟੁਡੇਜ਼ ਵੀਡੀਓ ਹਾਂਜੀ ਫਰੈਂਡਸ ਦੇਖੋ ਕਿਹੜੇ ਉਹ ਤਿੰਨ ਰੂਲ ਨੇ ਜਿਹੜੇ ਆਪਾਂ ਨੂੰ ਟੈਂਸ ਦੇ ਰੂਲ ਯਾਦ ਕਰਨ ਵਿੱਚ ਹੈਲਪ ਕਰਦੇ ਨੇ ਦੇਖੋ ਪਹਿਲਾ ਰੂਲ ਕੀ ਹੈ ਫਸਟ ਜੋ ਕਹ ਰਿਹਾਗਾ ਪ੍ਰੈਜ਼ੈਂਟ ਜਾਂ ਪਾਸਟ ਪਹਿਲਾਂ ਪ੍ਰੈਜ਼ੈਂਟ ਵਾਸਤੇ ਦੇਖੋ ਪ੍ਰੈਜ਼ੈਂਟ ਦੇ ਵਿੱਚ ਹੈਲਪਿੰਗ ਵਰਬ ਹੁੰਦੀ ਹੈ ਇਜ਼ ਐਮ ਆਰ ਤੇ ਹੈਜ਼ ਹੈਵ ਇਹ ਤੁਹਾਨੂੰ ਸਭ ਨੂੰ ਪਤਾ ਹੈ ਹਮੇਸ਼ਾ ਯਾਦ ਰੱਖੋ ਪ੍ਰੈਜ਼ੈਂਟ ਦੇ ਵਿੱਚ ਜਿਹੜੀ ਹੈਲਪਿੰਗ ਵਰਬ ਹੋਊਗੀ ਉਹ ਇਜ਼ ਐਮ ਆਰ ਜਾਂ ਹੈਜ਼ ਹੈਵ ਇਹ ਹੋਊਗੀ ਉਸ ਤੋਂ ਬਾਅਦ ਪਾਸਟ ਦੇ ਵਿੱਚ ਕਿਹੜੀ ਹੋਊਗੀ ਵਾਸ ਵਰ ਤੇ ਹੈਡ بس ਫਰਸਟ ਰੂਲ ਆਪਣਾ ਹੈ ਇਹ ਵੀ ਪ੍ਰੈਜ਼ੈਂਟ ਦੇ ਵਿੱਚ ਧਿਆਨ ਰੱਖਣਾ ਹੈ ਹੈਲਪਿੰਗ ਵਰਬ ਇਸ ਐਮ ਆਰ ਤੇ ਹੈਜ਼ ਹੁੰਦੀ ਹੈ ਪਾਸਟ ਦੇ ਵਿੱਚ ਵਾਸ ਵਰ ਤੇ ਹੈਡ ਹੁੰਦੀ ਹੈ ਉਸ ਤੋਂ ਬਾਅਦ ਜੋ ਸੈਕੰਡ ਰੂਲ ਹੈ ਆਪਣਾ ਉਹ ਕਹਿੰਦਾ ਜਿਹੜਾ ਕੰਟੀਨਿਊਸ ਟੈਂਸ ਹੁੰਦਾ ਹੈ ਜਿਹੜਾ ਮਰਜੀ ਕੰਟੀਨਿਊਸ ਟੈਂਸ ਆ ਜਾਏ ਆਪਾਂ ਨੇ ਮੇਨ ਚੀਜ਼ ਕੀ ਕੀਤੀ ਰੱਖਣੀ ਹੈ ਆਪਾਂ ਨੇ ਰੱਖਣਾ ਵੀ ਵਰਬ ਦੀ ਫਰਸਟ ਫਾਰਮ ਹਲ ਇੰਗ ਆਊਗਾ ਕੰਟੀਨਿਊਸ ਟੈਂਸ ਦੇ ਵਿੱਚ ਹਮੇਸ਼ਾ ਵਰਬ ਦੀ ਫਰਸਟ ਫਾਰਮ ਹਲ ਇੰਗ ਆਉਂਦਾ ਹੈ ਇਹ ਚੀਜ਼ ਹਮੇਸ਼ਾ ਲਾਗੂ ਹੋਗੀ ਜਿੱਥੇ ਵੀ ਤੁਹਾਨੂੰ ਕੰਟੀਨਿਊਸ ਪੁੱਛਿਆ ਪ੍ਰੈਜ਼ੈਂਟ ਪਾਸਟ ਫਿਊਚਰ ਕੋਈ ਵੀ ਉਹ ਵਰਬ ਦੀ ਫਰਸਟ ਫਾਰਮ ਨਾਲ ਇੰਗ ਆਊਗਾ ਉੱਥੇ ਉਸ ਬਾਅਦ ਜਿਹੜਾ ਥਰਡ ਰੂਲ ਹੈ ਆਪਣਾ ਥਰਡ ਰੂਲ ਇਹ ਕਹਿੰਦਾ ਜਿੱਥੇ ਹੈਜ਼ ਹੈਵ ਹੈਡ ਆ ਗਿਆ ਨਾ ਹੈਜ਼ ਹੈਵ ਹੈਡ ਤੇ ਨਾ ਕੋਈ ਇੱਕ ਆ ਗਿਆ ਜਿੱਥੇ ਵੀ ਹੈਜ਼ ਹੈਵ ਹੈਡ ਆਂਦਾ ਹੈ ਉੱਥੇ ਵਰਬ ਦੀ ਥਰਡ ਫਾਰਮ ਆਉਗੀ ਹਮੇਸ਼ਾ ਵਰਬ ਦੀ ਹਮੇਸ਼ਾ ਥਰਡ ਫਾਰਮ ਆਉਗੀ ਤੁਸੀਂ ਹੁਣ ਦੇਖ ਹੀ ਚੁੱਕੇ ਹੋ ਕਿਨੇ ਸਿੰਪਲ ਨੇ ਥਿੰਨੇ ਰੂਲ ਕੰਟੀਨਿਊਸ ਦੇ ਵਿੱਚ ਵਰਬ ਦੀ ਫਰਸਟ ਫਾਰਮ ਨਾਲ ਇੰਗ ਆਂਦਾ ਹੈ ਹੈਜ਼ ਹੈਵ ਹੈਡ ਨਾਲ ਵਰਬ ਦੀ ਥਰਡ ਫਾਰਮ ਆਉਂਦੀ ਹੈ ਤੇ ਪ੍ਰੈਜ਼ੈਂਟ ਦੇ ਵਿੱਚ ਹੈਲਪਿੰਗ ਵਰਕ ਇਜ਼ ਐਮ ਆ ਤੇ ਹੈਜ਼ ਹੈਵ ਹੁੰਦੀ ਹੈ ਪਾਸ ਦੇ ਵਿੱਚ ਵਾਸ ਵਰ ਤੇ ਹੈਡ ਹੁੰਦੀ ਹੈ ਚਲੋ ਹੁਣ ਆਪਾਂ ਟੈਂਸ ਦੇ ਰੂਲ ਦੇਖਦੇ ਆਂ ਵੀ ਇਹਨਾਂ ਸਾਰੇ ਇਹਨਾਂ ਤਿੰਨ ਰੂਲਾਂ ਤੋਂ ਕਿਵੇਂ ਸਾਰੇ ਰੂਲ ਡਰਾਈਵ ਹੁੰਦੇ ਨੇ ਸੋ ਦੇਖੋ ਟੈਂਸ ਦੇ ਕੀ ਰੂਲ ਨੇਗੇ ਪਹਿਲਾਂ ਆਪਾਂ ਗੱਲ ਕਰਦੇ ਆਂ ਸਿੰਪਲ ਦੀ ਦੇਖੋ ਫਰੈਂਡਸ ਸਿੰਪਲ ਹੈ ਜਿਹੜਾ ਹਰੇਕ ਨੂੰ ਪਤਾ ਹੁੰਦਾ ਹੈਗਾ ਤਾਂ ਅਗਰ ਕੇ ਦੇ ਵਾਸਤੇ ਕੋਈ ਟ੍ਰਿਕ ਨਹੀਂ ਹੈਗੀ ਸਿੰਪਲ ਮਤਲਬ ਕਿ ਜਿਹੜਾ ਪ੍ਰੈਜ਼ੈਂਟ ਸਿੰਪਲ ਹੁੰਦਾ ਹੈਗਾ ਉਹਦੇ ਵਿੱਚ ਵਰਬ ਦੀ ਫਸਟ ਫਾਰਮ ਲੱਗਦੀ ਹੈ ਜਿਹੜਾ ਪਾਸਟ ਸਿੰਪਲ ਹੁੰਦਾ ਉਹਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗਦੀ ਹੈ ਜਿਹੜਾ ਫਿਊਚਰ ਸਿੰਪਲ ਹੁੰਦਾ ਉਹਦੇ ਵਿੱਚ ਵਿਲ ਸ਼ੈਲ ਪਲੱਸ ਫਸਟ ਫਾਰਮ ਲੱਗਦੀ ਹੈ ਇਹ ਤੁਹਾਨੂੰ ਸਭ ਨੂੰ ਨੋਰਮਲੀ ਪਤਾ ਹੁੰਦਾ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਭੁੱਲਣ ਵਾਲੀ ਗੱਲ ਹੈ ਇਹ ਸੋਖਾ ਹੁੰਦਾ ਹੈਗਾ ਜਿਹੜਾ ਸਿੰਪਲ ਟੈਂਸ ਹੁੰਦਾ ਹੈਗਾ ਸਬਜੈਕਟ ਆਬਜੈਕਟ ਆਪਦਾ ਤੁਸੀਂ ਲਗਾ ਲੈਣਾ ਮੈਸੇਜ ਹੈਲਪਿੰਗ ਵਰਬ ਤੇ ਵਰਬ ਦੱਸ ਰਿਹਾ ਵੀ ਕਿਵੇਂ-ਕਿਵੇਂ ਲੱਗਦੀਆਂ ਨੇ ਉਸ ਤੋਂ ਬਾਅਦ ਕੰਟੀਨਿਊਸ ਦੇਖੋ ਕੰਟੀਨਿਊਸ ਕੀ ਹੈ ਮੈਂ ਕੰਟੀਨਿਊਸ ਦੇ ਵਿੱਚ ਕੀ ਕਿਹਾ ਜੀ ਤੁਹਾਨੂੰ ਜਿੱਥੇ ਵੀ ਕੰਟੀਨਿਊਸ ਆ ਗਿਆ ਉੱਥੇ ਵਰਬ ਦੀ ਫਰਸਟ ਫਾਰਮ ਨਾਲ ਇੰਗ ਲੱਗੂਗਾ ਵਰਬ ਦੀ ਫਰਸਟ ਫਾਰਮ ਨਾਲ ਕੀ ਲੱਗੂਗਾ ਇੰਗ ਲੱਗੂਗਾ ਕੰਟੀਨਿਊਸ ਦੇ ਵਿੱਚ ਸੋ ਦੇਖੋ ਪ੍ਰੈਜ਼ੈਂਟ ਦੇ ਵਿੱਚ ਹੈਲਪਿੰਗ ਵਰਬ ਕਿਹੜੀ ਹੁੰਦੀ ਹੈ ਇਜ਼ ਐਮ ਆਰ ਪਲਸ ਵਰਬ ਦੀ ਫਸਟ ਫਾਰਮ ਪਲਸ ਇੰਗ ਉਸ ਤੋਂ ਬਾਅਦ ਜਿਹੜਾ ਪਾਸ ਦੇ ਵਿੱਚ ਹੈ ਉਹਦੇ ਵਿੱਚ ਹੈਲਪਿੰਗ ਵਰਬ ਕੀ ਹੁੰਦੀ ਹੈ ਵਾਸ ਵਰ ਪਲਸ ਵਰਬ ਦੀ ਫਸਟ ਫਾਰਮ ਪਲਸ ਇੰਗ ਇਜ਼ ਐਮ ਆਰ ਦੇਖੋ ਇੱਕ ਪ੍ਰੈਜ਼ੈਂਟ ਵਿੱਚ ਮੈਂ ਤੁਹਾਨੂੰ ਕਿਹਾ ਸੀ ਯਾਦ ਕਰਨ ਦੇ ਵੀ ਹੈਲਪਿੰਗ ਵਰਬ ਯਾਦ ਕਰ ਲਈਏ ਕੰਟੀਨਿਊਸ ਦੇ ਵਿੱਚ ਜਿਹੜੇ ਹੈਲਪਿੰਗ ਵਰਬ ਹੁੰਦੀ ਹੈ ਇਜ਼ ਐਮ ਆਰ ਹੁੰਦੀ ਹੈ ਤੇ ਉਹਦੇ ਨਾਲ ਕੀ ਲੱਗਦਾ ਵਰਬ ਦੀ ਫਸਟ ਫਾਰਮ ਨਾਲ ਇੰਗ ਲੱਗਦਾ ਉਸ ਤੋਂ ਬਾਅਦ ਜਿਹੜਾ ਪਾਸ ਦੇ ਵਿੱਚ ਜਿਹੜੀ ਹੈਲਪਿੰਗ ਵਰਬ ਹੁੰਦੀ ਹੈ ਵਾਸ ਵਰ ਹੁੰਦੀ ਹੈ ਉਹਦੇ ਨੂੰ ਕੰਟੀਨਿਊਸ ਦੇ ਵਿੱਚ ਕੀ ਲਾਣਾ ਸੀ ਆਪਣੇ ਵਰਬ ਦੀ ਫਸਟ ਫਾਰਮ ਨਾਲ ਇੰਗ ਲਾਣਾ ਸੀ ਉਸ ਤੋਂ ਬਾਅਦ ਫਿਊਚਰ ਫਿਊਚਰ ਦੇ ਵਿੱਚ ਦੇਖੋ will shell ਤੇ ਲੱਗੂ ਬਈ ਲੱਗੂਗਾ will shell ਤਾਂ ਤੁਸੀਂ ਹਟਾਣਾ ਹੀ ਨਹੀਂ ਹੈਗਾ ਫਿਊਚਰ ਦੇ ਵਿੱਚ ਜਿਹੜਾ ਮਰਜੀ ਟੈਂਸ ਆ ਜਾਏ will shell ਲੱਗੂਗਾ ਉਸ ਤੋਂ ਬਾਅਦ ਜੇ ਇਹਦੇ ਵਿੱਚ ਜਿਹੜੀ ਫਿਊਚਰ ਦੀ ਹੈਲਪਿੰਗ ਵਰਬ ਹੁੰਦੀ ਹੈ ਨਾ ਉਹ ਬੀ ਹੁੰਦੀ ਹੈ ਇਹ ਯਾਦ ਰੱਖ ਲਓ ਤੁਸੀਂ ਹੈਲਪਿੰਗ ਵਰਬ ਜਿਵੇਂ ਆਪਾਂ ਇੱਥੇ ਲਾ ਰਹੇ ਹਾਂ ਪ੍ਰੈਜ਼ੈਂਟ ਦੇ ਵਿੱਚ ਇਸ ਐਮ ਆਰ ਪਾਸਟ ਦੇ ਵਿੱਚ ਵਾਸ ਵਰ ਫਿਊਚਰ ਦੇ ਵਿੱਚ ਬੀ ਲਾਵਾਂਗੇ will shall will be ਲਾਵਾਂਗੇ ਉਸ ਤੋਂ ਬਾਅਦ ਕੰਟੀਨਿਊਸ ਤਾਂ ਕਰਕੇ ਵਰਬ ਦੀ ਫਸਟ ਫਾਰਮ ਨਾਲ ਇੰਗ ਸੋ ਦੇਖੋ ਕੰਟੀਨਿਊਸ ਆਪਣੇ ਯਾਦ ਹੋ ਕਿ ਜਿੰਨੇ ਸਿੰਪਲ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਇਦਿੰਨਾ ਕੰਟੀਨਿਊਸ ਸਿੰਪਲ ਨੇ ਇਹ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਹੁਣ ਤੱਕ ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਪਰਫੈਕਟ ਦੇਖੋ ਪਰਫੈਕਟ ਕੀ ਹੈ ਪਰਫੈਕਟ ਦੇ ਵਿੱਚ ਕੁਝ ਨਹੀਂ ਆ ਗਿਆ ਸੇਮ ਬਸ ਉਹੀ ਆਪਣੇ ਮੈਥਡ ਜਿਹਾ ਜਿੱਦਾਂ ਚੁੱਕਿਆ ਹਾਂ ਜਿੱਥੇ ਹੈਜ਼ ਹੈਵ ਆਊਗਾ ਉੱਥੇ ਵਰਬ ਦੀ 3rd ਫਾਰਮ ਲੱਗੂਗੀ ਜਿੱਥੇ ਹੈਡ ਆ ਗਿਆ ਉੱਥੇ ਵੀ 3rd ਫਾਰਮ ਜਿੱਥੇ ਹੈਵ ਆਊਗਾ ਦੇਖੋ ਹੈਵ ਹੈਜ਼ ਹੈਡ ਗੈਸ ਨੂੰ 3rd ਫਾਰਮ ਤਾਂ ਉਹਰੇ ਵੀ ਹੈਜ਼ ਹੈਵਡ ਪਲੱਸ 3rd ਫਾਰਮ ਇਨ ਦੇਖ ਲਓ ਤੁਸੀਂ ਹੈਲਪਿੰਗ ਵਰਬ ਦੇਖੋ ਪ੍ਰੈਜ਼ੈਂਟ ਦੀ ਕਿਹਦੇ ਕੰਟੀਨਿਊਸ ਦੇ ਵਿੱਚ ਇਜ਼ ਐਮ ਆਰ ਲੱਗ ਗਈ ਤਾਂ ਕਿਹੜੀ ਬਚੀ ਹੈਜ਼ ਹੈਵ ਬਚੀ ਤਾਂ ਹੈਜ਼ ਹੈਵ ਕਿਹਦੇ ਵਿੱਚ ਆਉਗੀ ਪਰਫੈਕਟ ਦੇ ਵਿੱਚ ਆਉਗੀ ਪਰਫੈਕਟ ਪਲੱਸ ਵਰਬ ਦੀ 3rd ਫਾਰਮ ਔਰ ਹੈਡ ਸੀ ਜਿਹੜੀ ਪਾਸਟ 3rd ਉਹ ਹੁੰਦੀ ਹੈ ਹੈਲਪਿੰਗ ਵਰਬ ਪਾਸਟ ਦੇ ਵਿੱਚ ਉਹ ਹੁੰਦੀ ਹੈ ਹੈਡ ਤਾਂ ਕਰਕੇ ਹੈਡ ਬਸ 3rd ਫਾਰਮ ਹੋਗੀ ਐਂਡ ਵਿਲ ਸ਼ਲ ਦੇਖੋ ਵਿਲ ਸ਼ਲ ਤਾਂ ਹਮੇਸ਼ਾ ਆਉਗਈ ਹੈ ਉਹ ਦਾ ਫਿਊਚਰ ਦੇ ਵਿੱਚ ਪਰਫੈਕਟ ਦੇ ਵਿੱਚ ਕੀ ਹੁੰਦਾ ਹੈ ਵਿਲ ਸ਼ਲ ਨਾਲ ਹੈਵ ਲੱਗ ਜਾਂਦਾ ਹੈਗਾ ਇਹ ਤੁਸੀਂ ਧਿਆਨ ਚ ਰੱਖਿਓ ਵੀ ਪਰਫੈਕਟ ਦੇ ਵਿੱਚ ਵਿਲ ਸ਼ਲ ਨਾਲ ਹੈਵ ਲੱਗ ਜਾਂਦਾ ਹੈ उस तो बाद वरुद्धी थर्ड फॉर्म लग जूगी क्योंकि हैव आ गया हैव तो बाद लगना वरुद्ध थर्ड फॉर्म लगनी है हूँ देखते हैं जो मेन जो आप ज़्यादातर भुल जानते हैं वह है परफेक्ट कंटीन्यूज़ देखो यार परफेक्ट कंटीन्यूज ज़्यादा औखा नहीं है ये दो चीज़ें याद रखो एक तो परफेक्टेंस यूज होगा एक कॉन्टीन्यूज यूज होगा परफेक्ट के अद्धा हिस्सा आपफेक्ट दवाँगे अद्धा हिस्सा आप लवेंगे देखो परफैक्ट देता उरे इतें मिसटेक कर रखी है इतने पहला आपको कट दें मिसटेक हुई है वो फर्स्ट फॉर्म प्लस इंग आऊगा उरे तेना था वो फर्स्ट फॉर्म प्लस इंग कट के वो फर्स्ट फॉर्म प्लस इंग रूल थोड़ा गलत और मिसप्रिंट होगी कोई नहीं देखो परफेक्ट परफेक्ट के लाया से आपको हैजहैब लाया इतने लगेगा हैजैब जरा परफेक्ट के उड लाया उरे हैड उलचल हैब लाया विलचल हैब कंटिन्यूस लगता है कि बर्वी फर्स्ट फॉर्म का लिंग वो लग गया वर्वी फर्स्ट फॉर्म का लिंग वर्वी फर्स्ट फॉर्म का लिंग एंड बर्वी फर्स्ट फॉर्म का लिंग बट तुम देखो परफेक्ट कंटीन्यूज है तो ये चीज़ मेन है वो मेन की है देखो हम तुम इन्होंने दोनों बाकों में जोड़ना परफेक्ट तो कंटीन्यू जोड़ना बस सिंपल याद रखो जो परफेक्ट कंटीन्यूज है तो उन्होंने जोड़ रहे आपफेक्ट का पहला हिस्सा कंटीन्यूस का पिछे वाला हिस्सा उन्होंने दोनों किमें जोड़ा बीन की हैल्प न जोड़ा बीन 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 ਬਸ ਸਿੰਪਲ ਹੈ ਆਈ ਹੋਪ ਤੁਹਾਨੂੰ ਇਹ ਟੈਂਸ ਦੇ ਰੂਲ ਹੁਣ ਸਮਝ ਆ ਗਏ ਹੋਣਗੇ ਬਸ ਅੱਜ ਦੀ ਵੀਡੀਓ ਵਿੱਚ ਇਨਾ ਇਨਾ ਕੀ ਸੀ ਥੈਂਕਸ ਫॉर ਵਾਚਿੰਗ ਥਿਸ ਵੀਡੀਓ